ਹੈਲੋ एवरीवन ਅੱਜ ਅੱਪਾ ਕਰਾਂਗੇ ਰੁੱਤਾਂ ਜਾਣੀ ਕਿ ਸੀਜ਼ਨਸ ਪਹਿਲੀ ਰੁੱਤ ਗਰਮੀ ਸਮ ਇਸ ਵੇਲੇ ਧੁੱਪ ਬੜੀ ਤੇਜ਼ ਹੁੰਦੀ ਹੈ ਤੇ ਸਾਨੂੰ ਠੰਡੀਆਂ ਚੀਜ਼ਾਂ ਖਾਣ ਦੀ ਇੱਛਾ ਕਰਦੀ ਹੈ ਦੂਜੀ ਰੁੱਤ ਬਰਸਾਤ ਰੇਨੀ ਜਾਂ ਮੌਨਸੂਨ ਸੀਜ਼ਨ ਜੋ ਤੋ ਖੂਬ ਮੀਂਹ ਪੈਂਦਾ ਹੈ ਤੇ ਅਸੀਂ ਛਤਰੀ ਦੀ ਵਰਤੋਂ ਕਰਦੇ ਹਾਂ ਤੀਜੀ ਰੁੱਤ ਸਰਦੀ ਵਿంటర్ ਵਿੰਟਰ ਵਿੱਚ ਬੜੀ ਠੰਡ ਹੁੰਦੀ ਹੈ ਤੇ ਆਪਾਂ ਖੂਬ ਸਾਰੇ ਗਰਮ ਕੱਪੜੇ ਪਹੁੰਦੇ ਹਾਂ ਚੌਥਾ ਰੁੱਤ ਬਸੰਤ ਬਸੰਤ ਵਿੱਚ ਨਾ ਤੋਂ ਜ਼ਿਆਦਾ ਠੰਡ ਹੁੰਦੀ ਹੈ ਤੇ ਨਾ ਜ਼ਿਆਦਾ ਗਰਮੀ ਹੁੰਦੀ ਹੈ ਇਹ ਰੁੱਤ ਸਭ ਤੋਂ ਵਧੀਆ ਹੁੰਦੀ ਹੈ ਥੈਂਕ ਯੂ ਵੈਰੀ ਮੱਚ एवरीवन ਬਾਏ ਬਾਏ